ਦਿਆਂ ਲਾਈਵ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਕਿਰਨ ਪ੍ਰੀਤ ਤੇ WF5 ਪ੍ਰਧਾਨ ਬ੍ਰਿਜ ਭੂਸ਼ਣ ਤੇ ਐਕਸ਼ਨ ਦੇ ਲਈ ਚੰਤਰ ਮੰਤਰ ਤੇ ਧਰਨਾ ਦੇ ਰਹੀ ਪਹਿਲਵਾਨਾਂ ਅਤੇ ਪੁਲਿਸ ਵਿੱਚ ਰਾਤ ਨੂੰ ਇਹ ਜਿਹੜੀ ਝੜਪ ਹੋ ਗਈ ਕੁਝ ਰੈਸਲਰਸ ਨੂੰ ਸੱਟਾਂ ਆਈਆਂ ਪਹਿਲਵਾਨ ਰਾਕੇਸ਼ ਯਾਦਵ ਦੇ ਸਿਰ ਵਿੱਚ ਸੱਟਾਂ ਲੱਗੀਆਂ ਉਹਨਾਂ ਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ ਉੱਥੇ ਹੀ ਵਿਨੇਸ਼ ਫੋਗਾਟ ਦੇ ਭਰਾ ਦੁਸ਼ਯੰਤ ਦਾ ਵੀ ਸਿਰ ਫੁੱਟ ਗਿਆ ਲਗਾਤਾਰ 12 ਦਿਨ ਤੋਂ ਧਰਨਾ ਦੇ ਰਹੇ ਰੈਸਲਰਸ ਨੇ ਕਿਹਾ ਕਿ ਇਹੀ ਦਿਨ ਦੇਖਣ ਦੇ ਲਈ ਅਸੀਂ ਦੇਸ਼ ਲਈ ਮੈਡਲ ਲਿਆਉਂਦੇ ਸਨ ਅਸੀਂ ਸਾਰੇ ਆਪਣੇ ਮੈਡਲਸ ਨੇ ਜੋ ਭਾਰਤ ਸਰਕਾਰ ਨੂੰ ਵਾਪਸ ਦੇਵਾਂਗੇ ਮਹਾਵੀਰ ਫੋਗਾਟ ਨੇ ਵੀ ਕਿਹਾ ਕਿ ਉਹ ਆਪਣਾ ਦ੍ਰੋਣਾਚਾਰਿਆ ਅਵਾਰਡ ਲੌਟਾ ਦੇਣਗੇ ਰੈਸਲਰਸ ਨਾਲ ਮਿਲਣ ਦੇ ਲਈ ਇਹ ਜਿਹੜੀ ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਕਿਸਾਨ ਅਤੇ ਖਾਪ ਨੇਤਾ ਵੀ ਪਹੁੰਚੇ ਸਨ ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵਜੋਤ ਸਿੰਘ ਸਿੱਧੂ ਅਤੇ ਬਾਕਸਰ ਵਿਜੇਂਦਰ ਸਿੰਘ ਨੇ ਰੈਸਲਰਸ ਦਾ ਸਪੋਰਟ ਦਿੱਤਾ ਅਤੇ ਇੱਕ ਨਾਬਾਲਿਗ ਸਮੇਤ 7 ਮਹਿਲਾ ਰੈਸਲਰਸ ਨੇ ਬ੍ਰਿਜ ਭੂਸ਼ਣ ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਨੇ ਇਸ ਤੋਂ ਬਾਅਦ ਤੋਂ ਹੀ ਰੈਸਲਰਸ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਸੁਪਰੀਮ ਕੋਰਟ ਵਿੱਚ ਵੀ ਮਾਮਲਾ ਜਾਣ ਤੋਂ ਬਾਅਦ ਹੀ ਉਹਨਾਂ ਤੇ FIR ਦਰਜ ਹੋ ਚੁੱਕੀ ਹੈ ਦਰਜੀ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਬਾਰਿਸ਼ ਨਾਲ ਬਿਸਤਰ ਅਤੇ ਸੜਕਾਂ ਭਿੱਜਣ ਤੋਂ ਬਾਅਦ ਪਹਿਲਵਾਨ ਬੈਡ ਲੈ ਕੇ ਧਰਨਾ ਵਾਲੀ ਥਾਂ ਤੇ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਨੇਤਾ ਸੋਮਨਾਥ ਭਾਰਤੀ ਵੀ ਹੈ ਜਿਹੜੇ ਉੱਥੇ ਬੈਡ ਲੈ ਕੇ ਪਹੁੰਚੇ ਪੁਲਿਸ ਨੇ ਪਹਿਲਵਾਨਾਂ ਅਤੇ ਭਾਰਤੀ ਨੂੰ ਰੋਕਿਆ ਤਾਂ ਬਹਿਸ ਸ਼ੁਰੂ ਹੋ ਗਈ ਦਿੱਲੀ ਪੁਲਿਸ ਨੇ ਕਿਹਾ ਕਿ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਰੈਸਲਰਸ ਕਾਫੀ ਗੁੱਸੇ ਦੇ ਵਿੱਚ ਆ ਗਏ ਹਲਕੀ ਝੜਪ ਹੋ ਗਈ ਭਾਰਤੀ ਸਮੇਤ ਹੈ ਜਿਹੜੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਧਰਨਿਆਂ ਪ੍ਰਦਰਸ਼ਨ ਹੈ ਜਿਹੜੀ ਉਹ ਵਾਲੀ ਥਾਂ 'ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਹੈ ਜਿਹੜੀ ਤੈਨਾਤ ਕੀਤੀ ਗਈ ਹੁਣ ਵੇਖਣਾ ਹੋਵੇਗਾ ਇਹ ਧਰਨਾ ਪ੍ਰਦਰਸ਼ਨ ਕੀ ਰੂਪ ਹੈ ਜਿਹੜਾ ਅਖਤਿਆਰ ਕਰਦਾ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ